ਪਬਲਿਕ ਸਪੋਰਟ ਨਿਊਜ਼, ਤਾਂ ਮੈਂ ਤੁਹਾਡੇ ਨਾਲ ਪੂਜਾ ਰਾਣੀ। ਅੱਜ ਅਸੀਂ ਪਹੁੰਚ ਗਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਮਿਆਣੀ ਰੋਡ ਤੇ ਸਥਿਤ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਗੁਰੂ ਨਾਨਕ ਦਰਬਾਰ ਤਪ ਸਥਾਨ ਬਾਬਾ ਸ਼੍ਰੀ ਚੰਦ ਉੜਮੂ ਟਾਂਡਾ ਵਿਖੇ, ਜਿੱਥੇ ਕਿ ਅੱਜ ਪੂਰਨਮਾਸ਼ੀ ਦਾ ਦਿਹਾੜਾ ਬੜੇ ਹੀ ਧੂਮ ਧਾਮ ਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਪੂਰਨਮਾਸ਼ੀ ਤੇ ਵੀ ਸੰਗਤਾਂ ਦੂਰੋਂ ਨੇੜਿਓਂ ਹੁਮ ਹੁਮ ਆ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਨੇ। ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸਹਿਜ ਪਾਠ, ਸ਼੍ਰੀ ਅਖੰਡ ਪਾਠ ਸਾਹਿਬ ਕਥਾ ਅਤੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਲਈ ਚਾਹ ਪਕੌੜਿਆਂ ਅਤੇ ਗੁਰ ਦਾ ਲੰਗਰ ਪੁੱਤ ਲਗਾਇਆ ਜਾ ਰਿਹਾ ਹੈ। ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਗੁਰੂ ਨਾਨਕ ਦਰਬਾਰ ਤਪ ਸਥਾਨ ਬਾਬਾ ਸ਼੍ਰੀ ਚੰਦ ਉੜਮੂ ਟਾਂਡਾ ਵਿਖੇ ਡਿਸਪੈਂਸਰੀ ਦਾ ਖਾਸ ਪ੍ਰਬੰਧ ਹੈ, ਜਿੱਥੇ ਕਿ ਹਰ ਸੋਮਵਾਰ 12 ਵਜੇ ਤੋਂ ਲੈ ਕੇ
4 ਵਜੇ ਤੱਕ ਸੰਗਤਾਂ ਦਾ ਫ੍ਰੀ ਆਫ ਕੋਸਟ ਵਿੱਚ ਚੈੱਕਅਪ ਕੀਤਾ ਜਾਂਦਾ ਅਤੇ ਮੈਡੀਸਿਨ ਦਿੱਤੀ ਜਾਂਦੀ ਹੈ। ਜਿਸ ਵੀ ਸਾਧ ਸੰਗਤ ਨੇ ਇਸ ਸੁਵਿਧਾ ਦਾ ਫਾਇਦਾ ਲੈਣਾ ਹੋਵੇ ਤਾਂ ਉਹ ਲੈ ਸਕਦੇ ਨੇ। ਸਾਡੇ ਨਾਲ ਸ਼ਾਮਿਲ ਨੇ ਬਾਬਾ ਸੁਖਦੇਵ ਸਿੰਘ ਬੇਦੀ ਜੀ, ਤੇ ਆਓ ਅਸੀਂ ਗੱਲ ਕਰਦੇ ਹਾਂ ਕਿ ਅੱਜ ਦੇ ਪਵਿੱਤਰ ਦਿਹਾੜੇ ਤੇ ਸਭਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ। ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਦੇਸਾਂ ਵਿਦੇਸਾਂ ਜੁੜ ਬੈਠੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਤਪਸਥਾਨ ਬਾਬਾ ਸ੍ਰੀ ਚੰਦ ਜੀ ਟਾਂਡਾ ਉਡਮਲ ਜ਼ਿਲ੍ਹਾ ਹੁਸ਼ਿਆਰ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਅੱਜ ਦੇ ਇਸ ਮੁਬਾਰਕ ਦਿਨ 'ਤੇ ਹਜ਼ਾਰਾਂ ਦੀ ਤਾਦਾਦ 'ਚ ਸੰਗਤਾਂ ਆਪਣੀ ਗਰਮੀ ਸ਼ਾਮਿਲ ਹੋ ਕੇ ਨਤਮਸਤਕ ਹੋ ਕੇ ਆਪਣੇ ਮਨ ਦੀਆਂ ਮਨੋਕਾਮਨਾ ਪੂਰੀਆਂ ਕਰਨ ਆਈਆਂ। ਅੱਜ ਸਵੇਰ ਤੋਂ ਛਬੀਲ, ਠੰਡੇ ਮਿੱਠੇ ਜਲ ਦੀ, ਚਾਪ ਕੌੜਿਆਂ ਦਾ ਲੰਗਰ, ਗੁਰੂ ਕਾ ਲੰਗਰ, ਦਵਾਈਆਂ ਦਾ ਲੰਗਰ ਅੱਜ ਸਾਰਾ ਦਿਨ ਟੁੱਟ ਵਰਤਾਇਆ ਗਿਆ। ਅੱਜ ਦੇ ਇਸ ਮੁਬਾਰਕ ਦਿਨ 'ਤੇ ਮੈਂ ਦੂਰ ਨੇੜੇ ਬੈਠੀਆਂ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ, ਅਰਦਾਸ ਕਰਦਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਤੁਹਾਡੀ ਸਭ ਦੀਆਂ ਮਨੋਕਾਮਨਾ ਪੂਰੀਆਂ ਹੋਣ, ਤੁਹਾਡੇ ਘਰਾਂ ਪਰਿਵਾਰਾਂ 'ਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਜੀਵਨ ਬਖਸ਼ਿਸ਼ ਹੋਵੇ। ਸੋ ਮੈਂ ਪਿੱਛੇ ਜੇ ਬੇਨਤੀ ਕੀਤੀ ਸੀ ਔਰ ਸੰਗਤਾਂ ਵੱਲੋਂ ਬਹੁਤ ਵੱਡਾ ਸਹਿਯੋਗ ਮਿਲਿਆ। ਗੁਰੂ ਘਰ 'ਚ ਕੁਛ ਸੇਵਾਵਾਂ, ਕਾਰ ਸੇਵਾ ਚੱਲ ਰਹੀ ਸੀ, ਜਿਹਦੇ ਵਿੱਚ ਲੰਗਰ ਹਾਲ, ਬਾਥਰੂਮਾਂ 'ਚ ਟੈਲਾਂ ਵਗੈਰਾ ਲੱਗੀਆਂ ਸਨ, ਲੰਗਰ ਖਾਨੇ 'ਚ ਵੀ ਸਾਰਾ ਕੰਮ ਹੋਣ ਵਾਲਾ ਸੀ ਔਰ ਰੰਗ ਰੋਗਨ ਦਾ ਕੰਮ ਵੀ ਬੜਾ ਹੋਣ ਵਾਲਾ ਸੀ। ਉਹ ਸਾਰਾ ਹੋਇਆ, ਕਾਫੀ ਖਰਚਾ ਹੋਇਆ। ਅੱਗੋਂ ਹੁਣ ਅਸੀਂ ਵੱਡੇ ਲੰਗਰ ਹਾਲ ਵਿੱਚ ਟੈਲਾਂ ਲਾਉਣ ਦੀ ਔਰ ਉਹਨੂੰ ਸੁੰਦਰਤਾ ਕਰਨ ਲਈ ਆਪਣਾ ਮਨ ਬਣਾਇਆ। ਤੋ ਮੈਂ ਸੰਗਤਾਂ ਨੂੰ ਪੂਰ ਜ਼ੋਰ ਅਪੀਲ ਕਰਦਾ ਕਿ ਜੋ ਵੀ ਤਿਲ ਫੁੱਲ ਭੇਟਾਵਾਂ ਤੁਸੀਂ ਗੁਰੂ ਘਰ 'ਚ ਅਰਪਣ ਕਰ ਸਕਦੇ ਹੋ ਉਹ ਜ਼ਰੂਰ ਕਰੋ। ਅਸੀਂ ਬਾਬਾ ਸ਼੍ਰੀ ਚੰਦ ਜੀ ਦਾ ਪਵਿੱਤਰ ਦਿਹਾੜਾ ਸਤੰਬਰ 'ਚ ਮਨਾ ਰਹੇ ਹਾਂ ਬੜੀ ਸ਼ਰਧਾ ਭਾਵਨਾ। ਮੈਂ ਪੂਰਨ ਆਸ ਰੱਖਦਾ ਕਿ ਅਸੀਂ ਉਦੋਂ ਤੱਕ ਇਹਨੂੰ ਸੰਪੂਰਨ ਕਰ ਦਈਏ। ਤੋ ਇਹ ਤੁਹਾਡੇ ਸਭ ਦੀ ਸਹਿਯੋਗ ਦੀ ਜ਼ਰੂਰਤ ਹੈ। ਸੋ ਅੱਜ ਦੇ ਇਸ ਮੁਬਾਰਕ ਦਿਨ 'ਤੇ ਦੂਰੋਂ ਨੇੜੇ ਚੱਲ ਕੇ ਆਈ ਹੋਈਆਂ ਸੰਗਤਾਂ ਨੂੰ ਹਾਰਦਿਕ ਜੀ ਆਇਆਂ। ਅੱਜ ਅਰਦਾਸ ਹੈ ਗੁਰੂ ਨਾਨਕ ਬਾਬਾ ਜੀ ਦੇ ਚਰਨਾਂ 'ਚ ਤੁਹਾਡੇ ਸਭ ਦੀ ਮਨੋਕਾਮਨਾ ਦੇ ਰੋਕਤਾ ਤੰਦਰੁਸਤੀ ਅਰਦਾਸ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।